ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਕਰੀਨ ਦੇ ਉੱਪਰ ਨੰਬਰ ਆ ਰਿਹਾ, ਤੁਸੀਂ ਇਹਦੇ ਤੇ ਮੈਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਜਾਂ ਵਟਸਐਪ ਕਾਲ ਕਰ ਸਕਦੇ ਹੋ, ਸੋਹਣੇ ਸੋਹਣੇ ਸੂਟਾਂ ਦੇ ਡਿਜ਼ਾਈਨ ਦੇਖਣ ਵਾਸਤੇ, ਸੋਹਣੇ ਸੋਹਣੇ ਸੂਟ ਲੈਣ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਆਪਾਂ ਤੁਹਾਨੂੰ ਹੋਰ ਸੋਹਣੇ ਸੋਹਣੇ ਡਿਜ਼ਾਈਨਰ ਦੁਪੱਟਿਆਂ ਵਾਲੇ ਅਤੇ ਪਹਿਲਾਂ ਜਿਹੜੇ ਸੂਟ ਦਿਖਾਏ ਸੀ ਉਹਨਾਂ ਨਾਲੋਂ ਘੱਟ ਰੇਂਜ ਦੇ ਤੁਹਾਨੂੰ ਦਿਖਾ ਰਿਹਾ। ਇਹ ਸਿੰਗਲ ਸਿੰਗਲ ਪੀਸ ਹੀ ਨੇ, ਜਿਹੜਾ ਲੈ ਗਿਆ ਲੈ ਗਿਆ, ਜਿਹੜਾ ਰਹਿ ਗਿਆ ਰਹਿ ਗਿਆ, ਹੈ ਨਾ। ਅਤੇ ਇਹਦੇ ਵਿੱਚ ਬਜ਼ੁਰਗਾਂ ਵਾਲੇ ਵੀ ਨੇ ਅਤੇ ਮਿਕਸ ਜਿਹੇ ਨੇ, ਹੈ ਨਾ, ਸੂਟ ਅਤੇ ਕੁੜੀਆਂ ਕੱਤਰੀਆਂ ਵਾਲੇ ਵੀ ਨੇ, ਵਿਆਸ ਰਹੇ ਨੇ। ਆਹ ਦੇਖੋ, ਆਹ ਹੈਗਾ ਸ਼ਰਟ ਪੀਸ। ਇਹ ਸਾਰੇ ਸੂਟ 3250 ਦੇ ਨੇ, 3250। ਆਹ ਇਹਦੀ ਸਲਵਾਰ ਹੈਗੀ ਆ ਜੀ। ਆਹ ਦੇਖੋ ਕੱਪੜੇ ਨੂੰ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ, ਰੂਮ ਵਰਗਾ ਕੱਪੜਾ। ਕੋਈ ਇਹ 'ਤੇ ਲਾਈਨਿੰਗ ਲਗਾਉਣ ਦੀ ਲੋੜ ਨਹੀਂ ਹੈਗੀ ਅਤੇ ਨਾ ਇਹ ਸ਼ਰਿੰਕ ਹੋਵੇ ਨਾ ਇਹਦਾ ਕਲਰ ਖਰਾਬ ਹੋਵੇ। ਇਹ ਵਿੱਧ ਦੁਪੱਟਿਆਂ ਵਾਲੇ ਸੂਟ ਨੇ ਅਤੇ ਆਹ ਸ਼ਰਟ ਆ ਗਈ ਆ ਅਤੇ ਆਹ ਸਲਵਾਰ ਆ, ਉਹਦਾ ਦੁਪੱਟਾ ਡਿਜ਼ਾਈਨਰ 3250 ਦਾ ਸੂਟ ਆ। ਅਤੇ ਇਹਨੂੰ ਤੁਸੀਂ ਲੇਸਿਸ ਵਗੈਰਾ ਲਗਾ ਕੇ, ਐਂਕਰਿੰਗ ਕਰਕੇ ਜਾਂ ਵਰਕ ਕਰਕੇ ਕਿਸੇ ਵੀ ਲੋਟ ਰੈਡੀ ਕਰਵਾ ਸਕਦੇ ਹੋ। ਆਹ ਦੇਖੋ, ਲਓ ਜੀ, ਆਹ ਇਹਦਾ ਦੁਪੱਟਾ ਹੈਗਾ, ਬਹੁਤ ਪਿਆਰਾ, ਬਹੁਤ ਸੋਹਣਾ ਦੁਪੱਟਾ। ਲਓ ਜੀ, ਨੈਕਸਟ ਸੂਟ ਹੈਗਾ ਆਹ ਵਾਲਾ। ਆਹ ਦੇਖੋ, ਆਹ ਇਹਦੀ ਸ਼ਰਟ ਹੈਗੀ ਆ, ਚੋਕਲੇਟਾਂ ਫਰਿੱਜ 'ਚ ਪਈਆਂ ਨੇ। ਆਹ ਇਹਦੀ ਸ਼ਰਟ, ਆਹ ਇਹਦੀ ਸਲਵਾਰ ਹੈਗੀ ਆ ਅਤੇ ਆਹ ਡਿਜ਼ਾਈਨਰ ਦੁਪੱਟਾ। ਦੁਪੱਟੇ ਆਪਾਂ ਖੋਲ੍ਹ ਕੇ ਦਿਖਾ ਦਿੰਦੇ ਹਾਂ। ਲਓ ਜੀ, ਆਹ ਇਹਦਾ ਦੁਪੱਟਾ ਹੈਗਾ ਅਤੇ ਮਸਲੀਨ ਦਾ ਦੁਪੱਟਾ, ਬਹੁਤ ਸੋਹਣਾ। ਲਓ ਜੀ, ਆਹ ਦੇਖੋ, ਜੇ ਤੁਸੀਂ ਇਸੇ ਤਰ੍ਹਾਂ ਸਟੱਫ ਬਾਏ ਕਰਨਾ ਇਸੇ ਤਰ੍ਹਾਂ ਵੀ ਕਰ ਸਕਦੇ ਹੋ, ਪਰ ਇਹ ਸਿੰਗਲ ਸਿੰਗਲ ਪੀਸ ਨੇ, ਠੀਕ ਹੈ ਜੀ। ਲਓ, ਇੱਥੋਂ ਤੁਸੀਂ ਮੈਨੂੰ ਸਕਰੀਨਸ਼ੋਟ ਭੇਜ ਸਕਦੇ ਹੋ। ਆਹ ਸੂਟ ਹੋ ਗਿਆ, ਇਹਦਾ ਵੀ ਸਿੰਗਲ ਪੀਸ ਆ। ਇੱਕ ਦੋ ਕੁ ਨੇ ਸੂਟ ਬਸ, ਜਿਨ੍ਹਾਂ ਦੇ ਦੋ ਦੋ ਸੂਟ ਨੇ, ਬਾਕੀ ਸਿੰਗਲ ਹੀ ਨੇ ਸਾਰੇ, 3250 ਦਾ। ਆਹ ਦੇਖੋ ਨੈਕਸਟ, ਆ ਮਸਟਰਡ ਜਿਹਾ ਕਲਰ, ਬਹੁਤ ਸੋਹਣਾ ਕਲਰ ਹੈ ਇਹ। ਅਤੇ ਆਹ ਇਹਦੀ ਸਲਵਾਰ ਆ, ਆਹ ਦੇਖੋ, ਅਤੇ ਉਹ ਇਹਦਾ ਡਿਜ਼ਾਈਨਰ ਦੁਪੱਟਾ। ਇਹ ਵੀ ਸਿੰਗਲ ਪੀਸ ਆ ਜੀ, ਜਿਹੜਾ ਲੈ ਗਿਆ ਲੈ ਗਿਆ, ਜਿਹੜਾ ਰਹਿ ਗਿਆ ਰਹਿ ਗਿਆ। ਆਹ ਦੇਖੋ, ਦੁਪੱਟੇ ਬਹੁਤ ਸੋਹਣੇ ਨੇ, ਬਹੁਤ ਪਿਆਰੇ ਨੇ ਗੇ, ਅਤੇ ਐਨ ਸਿਰ 'ਤੇ ਖੜਦੇ ਨੇ। ਤੁਸੀਂ ਲੇਸਾਂ ਲੂਸਾਂ ਲਗਾ ਕੇ ਫਿਨਿਸ਼ਿੰਗ ਇਹਨਾਂ ਦੀ ਲੈ ਕਰ ਸਕਦੇ ਹੋ। ਇਹ ਵੀ ਸਿੰਗਲ ਪੀਸ ਆ। ਲਓ ਜੀ, ਨੈਕਸਟ ਕਲਰ ਹੈਗਾ ਗ੍ਰੀਨ ਜਿਹਾ ਸ਼ੇਡ ਹੈਗਾ ਇਹ, ਅਤੇ ਉਹ ਤਾਂ ਢੱਕਤੀ ਤੁਸੀਂ ਸ਼ਰਟ ਦਾ ਢੱਕਤੀ ਖੜ ਜਾਓ। ਆਹ ਇਹਦੀ ਸ਼ਰਟ ਹੈਗੀ ਆ, ਹਾਂ ਆਹ ਸ਼ਰਟ ਆ, ਐਂਡ ਆਹ ਸਲਵਾਰ ਆ, ਬਹੁਤ ਪਿਆਰਾ ਸੂਟ ਆ ਇਹ ਵੀ। ਅਤੇ ਸਾਰਿਆਂ ਦੀ ਸੇਮ ਕੋਸਟ ਹੀ ਹੈਗੀ ਆ। ਇਹਦਾ ਦੁਪੱਟਾ ਦੇਖੋ ਇਸ ਤਰ੍ਹਾਂ ਹੈਗਾ, ਜਿਹਨੇ ਇਹ ਲੈਣਾ ਇਹ ਵੀ ਲੈ ਸਕਦੇ ਹੋ, ਬਟ ਸਿੰਗਲ ਸਿੰਗਲ ਪੀਸ ਨੇ। ਆਹ ਦੇਖੋ, ਲਓ ਜੀ, ਬਹੁਤ ਪਿਆਰਾ ਸੂਟ ਆ ਇਹ ਵੀ। ਲਓ ਜੀ, ਆਹ ਸੂਟ ਵੀ ਬੜਾ ਪਿਆਰਾ, ਨਿੱਕੀ ਨਿੱਕੀ ਬੂਟੀ ਦਾ। ਆਹ ਦੇਖੋ, ਆਹ ਸ਼ਰਟ ਪੀਸ ਹੈਗੀ ਆ ਹੈਗਾ, ਅਤੇ ਆਹ ਇਹਦੀ ਸਲਵਾਰ ਹੈਗੀ ਆ, ਅਤੇ ਆਹ ਇਹਦਾ ਡਿਜ਼ਾਈਨਰ ਦੁਪੱਟਾ। ਇਹ ਵੀ ਸਿੰਗਲ ਪੀਸ ਹੀ ਹੈ ਜੀ। ਜਿਹੜੇ ਡਬਲ ਨੇ ਉਹ ਤੁਹਾਨੂੰ ਦੱਸ ਦਾਂਗੇ ਫਿਰ ਵੀ ਕਿਹੜੇ ਕਿਹੜੇ ਡਬਲ ਹੈਗੇ ਆ। ਆਹ ਦੇਖੋ, ਆਹ ਇਹਦਾ ਦੁਪੱਟਾ, ਬਹੁਤ ਪਿਆਰਾ, ਬਹੁਤ ਸੋਹਣਾ ਕਲਰ ਹੈ ਇਹ ਵੀ, ਸਰਦਾਰੀ ਜਿਹਾ। ਜਿਹਨੇ ਕਿਸੇ ਨੇ ਇਹ ਲੈਣਾ ਹੋਇਆ ਤੁਸੀਂ ਇਹ ਵੀ ਲੈ ਸਕਦੇ ਹੋ।
ਕੱਪੜੇ ਦੀ ਫੁੱਲ ਗਰੰਟੀ ਹੈ। ਲਓ ਜੀ ਨੈਕਸਟ ਕਲਰ, ਬਹੁਤ ਸੋਹਣਾ। ਇਹ ਵੀ ਸਿੰਗਲ ਪੀਸ ਹੀ ਹੈਗਾ ਅਤੇ ਇਹ ਆਲ ਓਵਰ ਸੂਟ ਆ, ਪੂਰਾ ਹੀ ਸੂਟ ਆ, ਇਹ ਆਲ ਓਵਰ ਸੂਟ ਆ। ਅਤੇ ਇਹਦਾ ਦੁਪੱਟਾ ਦਿਖਾਇਓ ਵੀ, ਦੁਪੱਟਾ ਇਹਦਾ ਇਸ ਤਰ੍ਹਾਂ ਹੈਗਾ। ਲਓ ਜੀ ਆਹ ਇਹਦਾ ਦੁਪੱਟਾ, ਬਹੁਤ ਸੋਹਣਾ ਦੁਪੱਟਾ ਇਹਦਾ। ਇਹ ਵੀ ਸਿੰਗਲ ਪੀਸ ਆ ਜੀ, ਪਰਪਲ ਸ਼ੇਡ ਦਾ। ਅਤੇ ਨੈਕਸਟ ਸੂਟ ਆ, ਦੋ ਨੇ, ਇਹ ਵੀ ਆਲ ਓਵਰ ਨੇ। ਆਹ ਦੇਖੋ ਦੋ ਨੇ ਇਹ ਪੀਸ, ਇਹ ਦੋ ਜਣਿਆਂ ਨੂੰ ਮਿਲ ਜਾਣਗੇ। ਅਤੇ ਇਹਦਾ ਇੱਕ ਦਾ ਆਪਾਂ ਦੁਪੱਟਾ ਤੁਹਾਨੂੰ ਖੋਲ੍ਹ ਕੇ ਦਿਖਾ ਦਿੰਦੇ ਹਾਂ, ਅਤੇ ਦੂਸਰੇ ਨੂੰ ਨਹੀਂ ਆਪਾਂ ਦਿਖਾਉਂਦੇ ਹੈਗੇ। ਆਹ ਦੇਖੋ ਆਹ ਇਹਦਾ ਦੁਪੱਟਾ, ਇਹ ਵੀ ਮਸਲੀਨ ਦਾ ਦੁਪੱਟਾ, ਬਹੁਤ ਸੋਹਣਾ ਡਿਜ਼ਾਈਨ ਹੈ। ਅਤੇ ਇਹਦੇ 'ਤੇ ਮਲਟੀ ਜੀ ਤੁਸੀਂ ਲੇਸ ਲਗਾ ਕੇ ਇਹਨੂੰ ਬਹੁਤ ਪਿਆਰਾ, ਬਹੁਤ ਸੋਹਣਾ ਰੈਡੀ ਕਰ ਸਕਦੇ ਹੋ। ਅਤੇ ਆਹ ਇਹਦਾ ਨੇੜੇ ਤੋਂ ਮੈਂ ਤੁਹਾਨੂੰ ਦਿਖਾਉਂਦੀ ਹਾਂ, ਆਹ ਕਲਰ ਆ, ਬਹੁਤ ਪਿਆਰਾ ਆਲ ਓਵਰ ਸੂਟ ਆ। ਤੁਸੀਂ ਇਹਦੇ ਵਿੱਚ ਐਂਕਰਿੰਗ ਕਰਾ ਕੇ, ਲੇਸਿਸ ਐਡ ਕਰਕੇ ਇਹਨੂੰ ਬਹੁਤ ਪਿਆਰੇ ਢੰਗ ਨਾਲ ਰੈਡੀ ਕਰ ਸਕਦੇ ਹੋ। ਲਓ ਜੀ ਆਹ ਦੋ ਪੀਸ ਨੇ ਇਹਦੇ। ਅਤੇ ਜਿਹੜਾ ਨੈਕਸਟ ਸੂਟ ਹੈਗਾ ਇਹ ਵੀ ਬੜਾ ਪਿਆਰਾ, ਇਹਦੇ ਵੀ ਆਪਣੇ ਕੋਲ ਦੋ ਪੀਸ ਅਵੇਲੇਬਲ ਨੇ। ਇੱਕ ਨੂੰ ਆਪਾਂ ਖੋਲ੍ਹ ਕੇ ਦਿਖਾ ਦਿੰਦੇ ਹਾਂ, ਇੱਕ ਨੂੰ ਆਪਾਂ ਇਸੇ ਤਰ੍ਹਾਂ ਨਾਲ ਰੱਖ ਦਿੰਦੇ ਹਾਂ। ਆਹ ਦੇਖੋ ਇਹ ਆਲ ਓਵਰ ਸੂਟ ਆ, ਇਹਨੂੰ ਵੀ ਤੁਸੀਂ ਐਂਕਰਿੰਗ ਵਗੈਰਾ ਕਰਾ ਕੇ ਜਾਂ ਬਲੈਕ ਕੱਪੜਾ ਉੱਪਰ ਲਗਾ ਕੇ ਉਹਦੇ 'ਤੇ ਐਂਕਰਿੰਗ ਵਗੈਰਾ ਕਰਾ ਕੇ ਐਂਡ ਲੇਸਿਸ ਵਗੈਰਾ ਵਿੱਚ ਐਡ ਕਰਕੇ ਇਹਨੂੰ ਬਹੁਤ ਸੋਹਣੇ ਢੰਗ ਨਾਲ ਰੈਡੀ ਕਰ ਸਕਦੇ ਹੋ। ਅਤੇ ਪ੍ਰਾਈਸ ਵੀ ਰੀਜ਼ਨੇਬਲ ਹੈਗੀ ਆ, 3250 ਦੇ ਸਾਰੇ ਸੂਟ ਨੇ। ਆਹ ਦੇਖੋ ਕਿ ਦੁਪੱਟਾ ਇਹਦਾ ਕਿੱਡਾ ਘੈਂਟ ਆ। ਇਹ ਦੋ ਸੂਟ ਨੇ ਜੀ, ਅਤੇ ਦੋਨੋਂ ਹੀ ਸੇਮ ਨੇ, ਦੋ ਬੰਦਿਆਂ ਨੂੰ ਮਿਲ ਸਕਦੇ ਨੇ, ਦੋ ਭੈਣਾਂ ਨੂੰ। ਹਾਂਜੀ ਹਾਂਜੀ। ਅਤੇ ਬਾਕੀ ਸਾਰੇ ਸਿੰਗਲ ਸਿੰਗਲ ਪੀਸ ਨੇ, ਤੁਸੀਂ ਲੈਣੇ ਆ ਤਾਂ ਲੈ ਸਕਦੇ ਹੋ। ਅਤੇ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਅਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ। ਅਤੇ ਆਪਣਾ ਕੰਟੈਕਟ ਨੰਬਰ ਹੈਗਾ 70 87 50 20 51, 7087502051। ਅਤੇ ਮੈਂ ਪਟਿਆਲੇ ਤੋਂ ਹੈਗੀ ਹਾਂ, ਮੇਰਾ ਨਾਮ ਰਾਜਵੀਰ ਕੌਰ ਆ। ਠੀਕ ਹੈ ਜੀ, ਹੁਣ ਆਪਾਂ ਕਰਦੇ ਹਾਂ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਟ ਜਾਣੇ ਸੀਗੇ ਅਤੇ ਆਪਾਂ ਕਿਹਾ ਵੀ ਤੁਹਾਨੂੰ ਵੀ ਦਿਖਾ ਦਈਏ, ਬਹੁਤ ਸੋਹਣੇ ਰੈਡੀ ਹੋਏ ਨੇਗੇ। ਆਹ ਖੁੱਲ੍ਹ ਕੇ ਦਿਖਾਇਓ ਬੀਬੀ। ਇਹ ਮਸਲੀਨ ਦਾ ਸੂਟ ਆ ਜੀ, ਅਤੇ ਬਹੁਤ ਪਿਆਰਾ, ਬਹੁਤ ਸੋਹਣਾ ਕੰਮ ਹੋਇਆ ਹੋਇਆ ਇਹਦੇ 'ਤੇ। ਆਹ ਦੇਖੋ ਵਿੱਚ ਆਰੀ ਵਰਕ ਆ, ਵਿੱਚ ਮਸ਼ੀਨ ਵਰਕ ਹੈ, ਸਾਰਾ ਮਿਕਸ ਆ ਕੰਮ ਹੋਇਆ। ਜੇ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਕਰਵਾ ਸਕਦੇ ਹੋ। ਅਤੇ ਉਹ ਬਾਜੂ ਵਰਕ ਹੈ, ਅਤੇ ਇੱਧਰ ਆਪਾਂ ਨੇ ਸਮੋਸਾ ਲੇਸ ਲਗਾ ਕੇ 4 ਸਾਈਡ ਫਿਨਿਸ਼ਿੰਗ ਦਿੱਤੀ ਹੈ। ਠੀਕ ਹੈ ਜੀ। ਅਤੇ ਆਹ ਇਹਦੀ ਸਲਵਾਰ ਹੈ, ਸਲਵਾਰ ਦੇ ਉੱਪਰ ਆਪਾਂ ਨੇ ਗੋਟੇ ਦੀਆਂ ਧਾਰੀਆਂ ਪਾ ਕੇ ਫਿਨਿਸ਼ਿੰਗ ਦਿੱਤੀ ਹੈ, ਨੀਚੇ ਸਮੋਸਾ ਲੇਸ ਦਿੱਤੀ ਹੈ। ਅਤੇ ਪਿਓਰ ਚਨੋਨ ਕਮਲ ਦਾ ਦੁਪੱਟਾ, ਇਹਦੀ ਫਿਨਿਸ਼ਿੰਗ ਬਹੁਤ ਪਿਆਰੀ ਹੈ। ਖੋਲ੍ਹੋ ਬੀਬੀ ਮਾੜਾ। ਅਤੇ 3 ਗੋਟੇ ਦੀਆਂ ਧਾਰੀਆਂ ਪਾਈਆਂ ਨੇ ਇਹਦੇ 'ਤੇ। ਆਹ ਦੇਖੋ ਸਾਈਡਸ ਦੇ ਉੱਪਰ ਇਸ ਤਰ੍ਹਾਂ 3 ਗੋਟੇ ਦੀਆਂ ਧਾਰੀਆਂ ਪਾ ਕੇ ਐਂਡ ਨਾਲ ਸਮੋਸਾ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ। ਅਤੇ ਬਹੁਤ ਸੋਹਣਾ, ਬਹੁਤ ਪਿਆਰਾ ਦੁਪੱਟਾ ਕਮਲ ਦਾ ਇਹ ਦੁਪੱਟਾ ਹੈਗਾ, ਰੈਡੀ ਕੀਤਾ ਹੋਇਆ ਨਾਲ।
ਲਓ ਜੀ, ਦੂਜਾ ਸੂਟ ਮਸਲੀਨ ਦੇ ਉੱਪਰ ਸਕਾਈ ਬਲੂ ਕਲਰ ਤੇ, ਆ ਦੇਖੋ ਆ ਘੇਰੇ ਦੇ ਉੱਤੇ ਵਰਕ ਹੈਗਾ, ਤੇ ਨੀਚੇ ਵਿੱਚ ਆ ਦੇਖੋ ਇਸ ਤਰ੍ਹਾਂ ਬੂਟੀ ਪਾਈ ਹੋਈ ਆ, ਤੇ ਗਲਾ ਬਹੁਤ ਸੋਹਣਾ ਡਿਜ਼ਾਈਨ ਕਰਿਆ ਹੋਇਆ, ਇਸ ਤਰ੍ਹਾਂ ਬਣਾ ਕੇ ਬਟਨ ਲਗਾਏ ਆ, ਐਂਡ ਆ ਬਾਜੂ ਵਰਕ ਹੈਗਾ, ਤੇ ਇਹ ਹੋ ਗਈ ਆ ਜੀ ਸ਼ਰਟ, ਐਂਡ ਆਹ ਸਲਵਾਰ ਦੇ ਉੱਪਰ ਕੰਮ ਹੋਇਆ ਹੋਇਆ, ਆਹ ਦੇਖੋ ਪਹੁੰਚਿਆ ਤੇ, ਅਤੇ ਆਹ ਦੁਪੱਟਾ ਮਸਲੀਨ ਦਾ ਦੁਪੱਟਾ, ਅਤੇ ਫੋਰ ਸਾਈਡ ਲੇਸ ਲੱਗੀ ਹੋਈ ਆ ਔਰਗੈਂਜ਼ਾ। ਹਾਂਜੀ ਲਓ ਜੀ, ਇਹ ਵੀ ਮਸਲੀਨ ਦਾ ਸੂਟ ਹੈਗਾ, ਅਤੇ ਇਹਨੂੰ ਇਸ ਤਰ੍ਹਾਂ ਆਪਾਂ ਨੇ ਐਂਕਰਿੰਗ ਕਰਕੇ ਐਂਡ ਦੁਪੱਟੇ ਦੀ ਫਿਨਿਸ਼ਿੰਗ ਨਾਲ ਆ ਦੇਖੋ ਰੈਡੀ ਕੀਤਾ, ਅਤੇ ਇੱਧਰ ਆਪਾਂ ਨੇ ਲੇਸ ਦੀ ਫਿਨਿਸ਼ਿੰਗ ਦਿੱਤੀ ਆ, ਆ ਇਸ ਗਲਾ ਬਣਾਇਆ, ਅਤੇ ਬਾਜੂ ਦੇ ਉੱਪਰ ਵੀ ਐਂਕਰਿੰਗ ਐਂਡ ਦੁਪੱਟੇ ਦੇ ਵਿੱਚੋਂ ਫਿਨਿਸ਼ਿੰਗ ਦੇ ਕੇ ਰੈਡੀ ਕੀਤਾ। ਇਹਦੀ ਸਲਵਾਰ ਦੇ ਉੱਪਰ ਸਿਰਫ ਆਪਾਂ ਨੇ ਨੀਚੇ ਹੀ ਲੇਸ ਲਗਾਈ ਆ, ਅਤੇ ਇਹਦਾ ਦੁਪੱਟਾ ਕਾਫੀ ਹੈਵੀ ਆ, ਇਹ ਹੈਂਡ ਵਰਕ ਔਰ ਮਸ਼ੀਨ ਵਰਕ ਦੋਨੋਂ ਮਿਕਸ ਹੋਏ ਹੋਏ ਨੇ, ਅਤੇ ਪਤਾ ਨਹੀਂ ਚੱਲ ਰਿਹਾ, ਦੇਖੋ ਇਹ ਬਹੁਤ ਜ਼ਿਆਦਾ ਬਰੀਕੀ ਕੰਮ ਆ ਜੀ। ਜੇ ਦੁਪੱਟਾ ਮਿਲ ਗਿਆ ਸੇਮ ਤਾਂ ਆਪਾਂ ਕਰਾ ਸਕਦੇ ਹਾਂ, ਇਹਦੇ 'ਤੇ ਕੰਮ ਨਹੀਂ, ਫਿਰ ਇਹ ਪਲੇਨ ਔਰਗੈਂਜ਼ਾ ਦੇ ਦੁਪੱਟੇ 'ਤੇ ਕੰਮ ਹੋਏਗਾ। ਆਹ ਦੇਖੋ ਜੀ ਕੰਮ ਦੀ ਫਿਨਿਸ਼ਿੰਗ, ਤੁਸੀਂ ਨੇੜੇ ਤੋਂ ਦੇਖ ਸਕਦੇ ਹੋ, ਬਹੁਤ ਜ਼ਿਆਦਾ ਬਰੀਕੀ ਕੰਮ ਆ ਇਹ, ਦੁਪੱਟਾ ਕਾਫੀ ਕੋਸਟਲੀ ਹੈ ਜੀ, ਇਹਦਾ ਰੈਡੀ ਹੋਇਆ ਹੋਇਆ, ਅਤੇ ਬਹੁਤ, ਅਤੇ ਫੋਰ ਸਾਈਡ ਆਪਾਂ ਪਰਲਸ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ। ਲਓ ਜੀ ਨੈਕਸਟ ਸੂਟ ਆਪਾਂ ਨੇ ਸਟਨ 'ਤੇ ਰੈਡੀ ਕੀਤਾ, ਆਹ ਦੇਖੋ ਇਹਦਾ ਕਲਰ ਬਹੁਤ ਪਿਆਰਾ ਹੈਗਾ, ਆਹਦੇ ਹੈਂਡ ਵਰਕ ਕੀਤਾ ਇਹਦੇ 'ਤੇ ਆਹ ਵਾਲਾ ਇੱਧਰਲੀ ਸਾਈਡ, ਐਂਡ ਵਿੱਚ ਬੂਟੇ ਪਾਏ ਨੇ, ਆਹ ਦੇਖੋ ਆਹ ਬਾਜੂ ਵਰਕ ਆ ਗਿਆ, ਅਤੇ ਨਾਲ ਆਪਾਂ ਨੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ, ਅਤੇ ਆਹ ਇਹਦੇ ਨਾਲ ਆਪਾਂ ਨੇ ਕਲੀਆਂ ਵਾਲਾ ਸ਼ਰਾਰਾ ਬਣਾਇਆ, ਆਹ ਦੇਖੋ, ਅਤੇ ਵਿੱਚ ਗੋਟੇ ਦੀਆਂ ਧਾਰੀਆਂ ਪਾ ਕੇ ਇਹਨੂੰ ਰੈਡੀ ਕੀਤਾ, ਕਲੀਆਂ ਵਾਲਾ ਸ਼ਰਾਰਾ ਹੈਗਾ ਇਹ, ਅਤੇ ਇਹਦੇ ਨਾਲ ਗ੍ਰੀਨ ਕਲਰ ਵਿੱਚ ਐਡ ਕਰਿਆ ਹੋਇਆ ਜਿਹੜਾ ਵਰਕ ਦਾ, ਉਸ ਕਲਰ ਦਾ ਆਪਾਂ ਨੇ ਦੁਪੱਟਾ ਰੈਡੀ ਕੀਤਾ, ਪਿਓਰ ਕਮਲ ਚਨੋਨ ਦਾ, ਅਤੇ ਲੇਸ ਦੀ ਫਿਨਿਸ਼ਿੰਗ ਦਿੱਤੀ ਆ। ਅਤੇ ਨੈਕਸਟ ਸੂਟ ਹੈਗਾ ਜੀ ਆਪਣਾ, ਆਹ ਵੀ ਦਿਖਾ ਦਿਓ ਬੀਬੀ, ਇਹ ਸਕਿੰਜਾ ਕਲਰ ਹੈਗਾ ਲਾਈਟ ਜਿਹਾ, ਇਹਦੇ 'ਤੇ ਵੀ ਆਪਾਂ ਨੇ ਹੈਂਡਵਰਕ ਕਰਾਇਆ, ਅਤੇ ਇਹ ਵੀ ਮਸਲੀਨ ਦੇ ਉੱਪਰ ਰੈਡੀ ਹੋਇਆ, ਅਤੇ ਬਹੁਤ ਪਿਆਰਾ ਬਹੁਤ ਸੋਹਣਾ ਕੰਮ ਹੋਇਆ ਹੋਇਆ ਜੀ ਇਹਦੇ 'ਤੇ, ਆਹ ਦੇਖੋ ਇਹ ਮੇਰੇ ਵੀ ਇੱਕ ਸੂਟ 'ਤੇ ਕੰਮ ਹੋਇਆ ਸੀ ਇਸ ਕਲਰ ਦਾ, ਇਹਦੇ ਵਿੱਚ ਆਪਾਂ ਮੈਰੂਨ ਦਾ ਟੱਚ ਦਿੱਤਾ, ਐਂਡ ਸਾਈਡਸ ਦੇ ਉੱਪਰ ਬਰੋਕਿਟ ਦੀ ਫਿਨਿਸ਼ਿੰਗ ਦਿੱਤੀ ਆ, ਪਿਓਰ ਬਰੋਕਿਟ ਦੀ ਫਿਨਿਸ਼ਿੰਗ ਦਿੱਤੀ ਹੈ ਜੀ ਇਹ ਆਪਾਂ ਨੇ, ਅਤੇ ਇਹ ਹੋ ਗਈ ਆ ਸ਼ਰਟ, ਐਂਡ ਆਹ ਹੋ ਗਈ ਆ ਸਲਵਾਰ ਦੇ 'ਤੇ ਕੰਮ ਹੋਇਆ ਹੋਇਆ ਇਹ, ਅਤੇ ਦੁਪੱਟਾ ਹੈਗਾ ਜਿਹੜਾ ਦੁਪੱਟੇ ਦੇ ਆਪਾਂ ਨੇ ਪੂਰੀ ਸਾਈਡਸ 'ਤੇ ਬਰੋਕਿਟ ਦੀ ਫਿਨਿਸ਼ਿੰਗ ਦਿੱਤੀ ਆ, ਪਿਓਰ ਕਮਲ ਚਨੋਨ ਦਾ ਇਹ ਦੁਪੱਟਾ ਹੈਗਾ।